ਮੇਰੀ ਮਾਂ ਚੁੰਨੀ ਲੈ ਲਾ, ਕਈ ਵਾਰੀ ਸਹੁਰਿਆਂ ਵਾਲੇ ਪਾਸਿਓਂ ਵੀਡੀਓ ਦੇਖਦਾ ਹੁੰਦਾ ਕੋਈ, ਚੁੰਨੀ ਲੈ ਲਿਆ ਕਰ, ਗਾਜੀ ਗੁੱਲੇ ਚੱਲਣਾ ਆਪਾਂ ਚੱਲਾਂਗੇ ਮਾਂ ਪੁੱਤ ਦੋਨੇ, ਕਿਸੇ ਨੂੰ ਨੀ ਦੱਸਣਾ, ਆਪਾਂ ਹੌਲੀ ਕੁ ਦੇ ਕੇ ਗੱਡੀ ਚ ਬੈਠ ਕੇ ਚਲੇ ਜਾਣਾ। ਇਹ ਭੈਣ ਸਾਡੀ ਮੀਰਪੁਰ ਹੰਸਾਂ ਤੋਂ ਆ ਪੇਕੇ ਦੇ, ਤੇ ਝੋੜਨਾ ਪਿੰਡ ਚ ਜਗਰਾਉਂ ਦੇ ਕੋਲੇ ਸਹੁਰੇ ਆ ਇਹਦੇ। ਇਹ ਭੈਣ ਆਪਣੇ ਘਰੇ ਨਾਨਕਸਰ ਗੁਰਦੁਆਰਾ ਸਾਹਿਬ ਤੋਂ ਗਈ ਸੀ, ਕਿਤੇ ਗੈਸ ਚੁੱਲ੍ਹਾ ਛੱਡ ਗਈ ਚੱਲਦਾ, ਜਦੋਂ ਆ ਕੇ ਮਾਚਿਸ ਜਾ ਵਾਲੀ ਤੇ ਅੱਗ ਲੱਗ ਗਈ, ਸਾਰਾ ਆਹ ਚੀਜ਼ ਮੱਚ ਗਈ ਮੂਹਰਲੀ, ਐਂ ਮਚਾ ਬਹੁਤ ਬਚਾਉਂਦੀ ਬਚਾਉਂਦੀ ਦੇ ਹੱਥ ਵੀ ਮੱਚ ਗਿਆ, ਮੂੰਹ ਵੀ ਮੱਚ ਗਿਆ। ਤੇ ਇਹਨੂੰ ਬੁਝਾਉਂਦੀ ਅੱਗ ਦੇ, ਇਹਨੂੰ ਬਚਾਉਣ ਲਈ ਇਹਦਾ ਬੇਟਾ ਗਿਆ 18 ਸਾਲਾਂ ਦਾ ਸੀਗਾ, ਤੇ ਉਹਦੇ ਹੱਥ ਵੀ ਮੱਚ ਗਏ। ਪਰ ਇਹ ਭੈਣ 7 ਮਹੀਨੇ ਹੋ ਗਏ ਮੱਚੀ ਨੂੰ, 1 ਮਹੀਨਾ ਵੱਡੇ ਹਸਪਤਾਲ 'ਚ ਰਹੀ, ਉੱਥੇ 7-8 ਲੱਖ ਰੁਪਏ ਲੋਕਾਂ ਤੋਂ ਮੰਗ ਤੰਗ ਕੇ ਲਾਤਾ, ਪਰ ਹੱਲ ਕੋਈ ਨਹੀਂ ਹੋਇਆ। 7-8 ਲੱਖ ਹੋਰ ਮੰਗਿਆ ਉਹਨਾਂ ਨੇ ਵੀ, ਇਹਦੀਆਂ ਸਰਜਰੀਆਂ ਹੋਣੀਆਂ, ਅਤੇ ਗਰੀਬ ਮਾਂ ਬਾਪ ਘਰੇ ਲੈ ਆਏ। ਘਰੇ ਹੁਣ ਪਿਛਲੇ 6-7 ਮਹੀਨਿਆਂ ਤੋਂ ਪੱਟੀਆਂ ਕਰੀ ਜਾਂਦੇ ਸੀ, 500 ਰੁਪਈਆ ਪੱਟੀ ਕਰਨ ਦਾ ਦਿੰਦੇ ਸੀ ਇੱਕ ਬੰਦੇ ਨੂੰ, ਤਾਂ ਉਹ ਪੱਟੀ ਹੁੰਦੀ ਸੀ ਵਿਚਾਰੀ ਦੇ। ਅਤੇ ਉਹਦੇ ਨਾਲ ਹੁਣ ਅੱਖ ਵੀ ਖਰਾਬ ਹੋ ਗਈ ਇਹਦੀ, ਅਤੇ ਹੁਣ ਇਹ ਕੱਲ੍ਹ ਦਾਖਲ ਹੋਈ ਹੈ ਨੀਤੂ ਭੈਣ। ਇਹਦੀ ਇੱਕ ਐਡੀ ਕੁ ਬੇਟੀ ਆ ਪ੍ਰਭਲੀਨ ਕੌਰ, ਅਤੇ ਉਹ ਬੱਚੀ ਦੀ ਵੀ ਪੜ੍ਹਾਈ, ਅਤੇ ਬੇਟਾ ਇਹਦਾ +2 ਕਰਕੇ ITI ਕਰਦਾ, ਉਹਦੀ ਵੀ ਪੜ੍ਹਾਈ, ਅਤੇ ਇਹਦੇ ਹੱਥੀ ਸੀ ਸਾਰਾ ਕੁਝ, ਕਿਉਂਕਿ ਇਹਦੇ ਘਰ ਵਾਲਾ ਵੀ ਬਾਹਲਾ ਕੰਮ ਨਹੀਂ ਕਰਦਾ, ਸ਼ਰਾਬ ਪੀਂਦਾ, ਜਿੰਨੇ ਕਮਾਉਂਦਾ ਉਹਨੇ ਖਾ ਲੈਂਦਾ। ਹੁਣ ਪੇਕੇ ਹੀ ਆ ਇਹਦੇ, ਮਾਂ ਖੜੀ ਆ, ਇਹਦਾ ਪਿਓ ਵਿਚਾਰਾ ਉਹੀ ਘਰੇ ਇਲਾਜ ਕਰਾਉਂਦੇ ਸੀ, ਹੁਣ ਕੱਲ੍ਹ ਸਾਡੇ ਕੋਲ ਲੈ ਕੇ ਆਏ ਆ। ਇੱਥੇ ਸੁਪਨਿਆਂ ਦੇ ਹਸਪਤਾਲ 'ਚ ਨੀਤੂ ਭੈਣ ਦਾਖਲ ਹੋਈ, ਅਰਦਾਸ ਕਰਿਓ ਇੱਥੋਂ ਤਕੜੀ ਹੋ ਕੇ ਤੰਦਰੁਸਤ ਹੋ ਕੇ ਜਾਵੇ। ਆਹ ਸਾਰੀਆਂ ਚੀਜ਼ਾਂ 'ਤੇ ਪੱਟੀ ਹੁੰਦੀ ਆ, ਚੈਸਟ ਆ ਸਾਰੀ ਮੱਚੀ ਹੋਈ ਆ, ਬਹੁਤ ਬਲੀਡਿੰਗ, ਐ ਖੂਨ ਚੋਂਦਾ ਜਦੋਂ ਪੱਟੀ ਕਰਦੇ, ਅਤੇ ਤੜਫਦੀ ਆ ਜਦੋਂ ਪੱਟੀ ਕਰਦੇ। ਅਰਦਾਸ ਕਰਿਓ ਠੀਕ ਹੋ ਜਾਏ। ਆਓ ਨਾ ਭੈਣੇ, ਆ ਕੇ ਕਰਦਾ ਗੱਲ ਤੁਹਾਨੂੰ। ਕਰਾਤੇ ਭੇਜਤੀ ਐਪਲੀਕੇਸ਼ਨ, ਯੂਨਿਟ 4 ਯੂਨਿਟ ਬਲੱਡ ਦੇ ਚੜ੍ਹਨੇ ਆ ਭੈਣ ਦੇ, ਨੀਤੂ ਰਾਣੀ ਦੇ ਖੂਨ ਘੱਟ ਆ। ਕਿੰਨੇ ਗ੍ਰਾਮ ਆ? 6.5 ਗ੍ਰਾਮ ਆ, ਅਤੇ 4 ਬੋਤਲਾਂ ਖੂਨ ਦੀਆਂ ਚੜ੍ਹਨੀਆਂ ਭੈਣ ਦੇ। ਜੇ ਕੋਈ ਵੀਰ ਤੁਹਾਡਾ ਬਲੱਡ ਡੋਨੇਟ ਕਰਨਾ ਚਾਹੁੰਦਾ ਤਾਂ ਦੀਪਕ ਹੋਸਪਿਟਲ 'ਚ ਜਾ ਕੇ ਬਲੱਡ ਬੈਂਕ 'ਚ ਤੁਸੀਂ ਮਨੁੱਖਤਾ ਦੀ ਸੇਵਾ ਦੇ ਸੁਪਨਿਆਂ ਦੇ ਹਸਪਤਾਲ ਦੇ ਨਾਂ 'ਤੇ ਬਲੱਡ ਡੋਨੇਟ ਕਰ ਸਕਦੇ। ਕੁਲਵੰਤ ਤੋਂ ਤਕੜੀਆਂ ਭਾਈ ਆ ਗਿਆ ਬਾਪੂ, ਤਕੜੀਆਂ ਬਾਈ। ਮੇਰੀ ਮਾਂ ਚੁੰਨੀ ਲੈ ਲਾ, ਕਈ ਵਾਰੀ ਸਹੁਰਿਆਂ ਵਾਲੇ ਪਾਸਿਓਂ ਵੀਡੀਓ ਦੇਖਦਾ ਹੁੰਦਾ ਕੋਈ, ਚੁੰਨੀ ਲੈ ਲਿਆ ਕਰ, ਗਾਜੀ ਗੁੱਲੇ ਚੱਲਣਾ ਆਪਾਂ ਚੱਲਾਂਗੇ ਮਾਂ ਪੁੱਤ ਦੋਨੇ, ਕਿਸੇ ਨੂੰ ਨਹੀਂ ਦੱਸਣਾ, ਆਪਾਂ ਹੌਲੀ ਕੁ ਦੇ ਕੇ ਗੱਡੀ 'ਚ ਬੈਠ ਕੇ ਚਲੇ ਜਾਣਾ, ਦੱਸਣਾ ਨਹੀਂ ਕਿਸੇ ਨੂੰ, ਚੱਲੂਗਾ ਮੈਂ ਲੈ ਕੇ, ਚੱਲੂਗਾ ਆਪਾਂ, ਚੱਲਾਂਗੇ ਮੇਰੀ ਮਾਂ, ਆਪਾਂ ਦੋਨੇ ਮਾਂ ਪੁੱਤ ਚੱਲਾਂਗੇ। ਅੱਛਾ, ਇਹ ਮਾਂ ਨੂੰ ਹੁਣ ਦਿਖਣ ਲੱਗ ਗਿਆ, ਪਹਿਲਾਂ ਦਿਖਦਾ ਨਹੀਂ ਸੀ ਜਦੋਂ ਆਈ ਸੀ, ਬਲਾਇੰਡ ਸੀ ਇਹ ਮਾਂ, ਜਲੰਧਰ ਸਿਵਲ ਹਸਪਤਾਲ 'ਚ ਪਈ ਸੀ, ਬਹੁਤ ਬੁਰੀ ਹਾਲਤ। ਬਾਪੂ ਵੈਦਵਾਨ ਜੀ ਸਤਿ ਸ਼੍ਰੀ ਅਕਾਲ, ਤਕੜੇ ਹੋ? ਹਾਂ, ਬਸ ਐਂ ਕਹਿਣਾ, ਖੁਸ਼ ਰਿਹਾ ਕਰੋ, ਠੀਕ ਆ, ਪੋਜ਼ਿਟਿਵ ਰੱਖਣਾ ਆਪਣੇ ਆਪ। ਹਾਂ ਬੇਟੀ ਠੀਕ ਆ, ਅਮਨਦੀਪ ਬਿਲਕੁਲ ਠੀਕ ਆ, ਹੁਣ ਵੀ ਮੈਂ ਮਿਲ ਕੇ ਆਇਆ, ਉਧਰ ਪ੍ਰਸ਼ਾਦਾ ਛਕੀ ਜਾਂਦੀ ਸੀਗੀ ਤੇ ਮੈਨੂੰ ਪੁੱਛਦੀ ਸੀ ਪਾਪਾ ਕਿਵੇਂ, ਮੈਂ ਕਿਹਾ ਠੀਕ ਆ ਪਾਪਾ, ਐਂ ਨੀ ਰੋਣਾ ਨੀ, ਐ ਨਾ ਬਾਪੂ, ਮੇਰੀ ਉਹ ਭੈਣ ਆ, ਮੇਰੀ ਉਹ ਧੀ ਆ, ਤੇਰਾ ਪੁੱਤ ਬਣਿਆ ਨਾ ਤੇ ਉਹ ਮੇਰੀ ਭੈਣ ਆ ਬਾਪੂ, ਤੂੰ ਉਹਦਾ ਫਿਕਰ ਨਾ ਕਰਿਆ ਕਰ। ਬਾਪੂ ਜਿੱਦਣ ਦਾ ਥੋੜਾ ਬਿਮਾਰ ਹੋਇਆ, ਅਮਨ ਦੀ ਭੈਣ ਦਾ, ਅਮਨ ਦੀ ਵੈਦਵਾਨ ਦਾ ਬਹੁਤ ਫਿਕਰ ਕਰਦਾ, ਵਾਹਿਗੁਰੂ ਦੀ ਮਿਹਰ ਨਾਲ ਹੁਣ ਬਾਪੂ ਠੀਕ ਆ, ਆਪਰੇਸ਼ਨ ਵੀ ਸਕਸੈਸਫੁਲ ਹੋ ਗਿਆ, ਅਟੈਕ ਨਾ ਕੱਟੇ ਗਏ,
ਇਹਨਾਂ ਦੇ ਟਾਂਕੇ ਵੀ ਕੱਟੇ ਗਏ ਆ ਹੁਣ, ਬਸ ਛੇਤੀ ਛੇਤੀ ਹੁਣ ਇਹਨਾਂ ਦੀ ਵਾਕ ਸ਼ੁਰੂ ਹੋ ਜਾਵੇ। ਅਰਦਾਸ ਕਰਿਓ ਬਾਪੂ ਵੈਦਮਾਨ ਜੀ, ਹੁਣ ਆਪਣੀ ਬੇਟੀ ਲਈ ਬਹੁਤ ਵਰਿਡ ਰਹਿੰਦੇ ਆ, ਹਾਰਟ ਦੀ ਵੀ ਪ੍ਰੋਬਲਮ ਆ ਨਾ, ਹਾਰਟ ਵੀ ਇਹਨਾਂ ਦਾ ਘੱਟ ਕੰਮ ਕਰਦਾ, ਉਹਦਾ ਵੀ ਟ੍ਰੀਟਮੈਂਟ ਚੱਲਦਾ। ਅਰਦਾਸ ਕਰਿਓ ਬਾਪੂ ਵੈਦਮਾਨ ਸਾਡੇ ਤਕੜੇ ਹੋ ਕੇ ਤੰਦਰੁਸਤ ਹੋ ਕੇ, ਅਸੀਂ ਫਿਰ ਅਮਨ ਦੀ ਭੈਣ ਨੂੰ ਆਪਣੀ ਨੂੰ ਘੁਮਾਉਣ ਲੈ ਕੇ ਚੱਲਾਂਗੇ। ਆਪਾਂ ਕਿਸੇ ਦਿਨ ਬਾਪੂ ਘੁੰਮ ਕੇ ਆਈਏ ਲੁਧਿਆਣੇ, ਕਿਤੇ ਅਮਨਦੀਪ ਨੂੰ ਪੀਜ਼ਾ ਖਵਾ ਕੇ ਲੈ ਕੇ ਆਉਣੇ ਪੀਜ਼ਾ। ਹਾਂ ਥੋੜੇ ਤਕੜੇ ਹੋ ਜਾਓ ਫਿਰ ਚੱਲਾਂਗੇ, ਠੀਕ ਆ? ਠੀਕ ਹੈ ਬਾਪੂ, ਧੰਨਵਾਦ ਬਾਪੂ, ਧੰਨਵਾਦ। ਬਸ ਇੰਨੀਆਂ ਸਾਡੀਆਂ ਬੇਨਤੀਆਂ ਜੀ, ਹੌਸਪੀਟਲ ਦੇ ਬਾਰੇ ਤੁਹਾਨੂੰ ਜਾਣਕਾਰੀਆਂ ਦਿੱਤੀਆਂ, ਸੁਪਨਿਆਂ ਦੇ ਘਰ ਵਾਲੇ ਬੀਬੀਆਂ ਵਾਲੇ ਪਾਸੇ ਵੀ ਲੈ ਕੇ ਗਏ ਤੁਹਾਨੂੰ। ਸਤਿ ਸ੍ਰੀ ਅਕਾਲ ਮਾਂ, ਦਵਾ ਦੇ ਦਿੰਦੇ ਆ, ਖੰਘ ਦੀ ਦਵਾ ਦਿਓ ਮਾਂ ਨੂੰ ਦਿਓ। ਇੱਧਰ ਸਾਡੀ ਮਨਪ੍ਰੀਤ ਕੌਰ ਭੈਣ ਪਈ ਆ, ਜਿਵੇਂ ਤੁਹਾਨੂੰ ਦੱਸਿਆ ਸੀ ਇਹਦੀ ਲੱਤ ਦੇ ਵਿੱਚ ਲੱਕ ਚ ਨਾਲਾ ਇੰਨਾ ਇੰਨਾ ਅੰਦਰ ਵੜ ਗਿਆ, ਆ ਪੱਟ ਸਾਰਾ ਇੱਥੋਂ ਇੰਨਾ ਇੰਨਾ ਵੱਢਿਆ ਗਿਆ, ਇੰਨਾ ਇੰਨਾ ਹੱਥ ਪੈਂਦਾ ਵਿੱਚ। 2 ਸਾਲ ਅੰਦਰ ਹੀ ਪਈ ਰਹੀ, ਅੰਦਰ ਹੀ ਲੈਟਰਿਨ ਕਰੀ ਗਈ, ਮੰਜਿਆਂ ਦੇ ਉੱਤੇ ਢੇਰ ਲੱਗੇ ਪਏ ਸੀ, ਨਾ ਤਾਂ ਭਰਾ ਨੇ ਜਾ ਕੇ ਦੇਖਿਆ, ਨਾ ਕਿਸੇ ਪਿੰਡ ਦੇ ਨੇ, ਨਾ ਚਾਚੇ ਤਾਏ ਨੇ, ਮਾਮੇ ਭੂਆ ਮਾਸੀ ਨੇ, ਕਿਸੇ ਨੇ ਨੀ ਦੇਖਿਆ। ਧੰਨਵਾਦ ਆ ਉਹ ਪਿੰਡ ਦੇ ਵੀਰਾਂ ਦਾ ਜਿਹੜੇ ਇੱਥੇ ਲੈ ਕੇ ਆਏ। ਚਲੋ ਸੁਪਨਿਆਂ ਦਾ ਹਸਪਤਾਲ, ਇੱਕ ਦਿਨ ਸੁਪਨਿਆਂ ਦਾ ਹੌਸਪੀਟਲ ਦੇ ਨਾਲ ਨਾਲ ਸੁਪਨਿਆਂ ਦਾ ਕਾਲਜ ਵੀ ਬਣੂਗਾ, ਸੁਪਨਿਆਂ ਦਾ ਸਕੂਲ ਵੀ ਬਣੂਗਾ। ਤੁਹਾਡੀਆਂ ਦਵਾਵਾਂ, ਤੁਹਾਡੀਆਂ ਅਰਦਾਸਾਂ। ਗਾਡਰ ਜੇ ਕਿਸੇ ਕੋਲ ਪਏ ਆ ਪੁਰਾਣੇ ਘਰੇ, ਉਹ ਜ਼ਰੂਰ ਦੇ ਕੇ ਜਾਇਓ, ਨਲਕੇ ਵਾਲੀਆਂ ਪਾਈਪਾਂ ਪਈਆਂ ਜੇ ਪੁਰਾਣੀਆਂ ਉਹ ਵੀ ਜ਼ਰੂਰ ਦੇ ਕੇ ਜਾਇਓ, ਸਰੀਆ ਦੇ ਕੇ, ਬੱਚਿਆਂ ਦੇ ਕੱਪੜੇ ਦੇਓ, ਕਣਕ ਤੂੜੀ ਕੋਈ ਵੀ ਚੀਜ਼ ਜਿਹੜੀ ਤੁਹਾਡੇ ਘਰੇ ਜ਼ਰੂਰਤ ਆ ਉਹ ਸਾਡੇ ਘਰੇ ਵੀ ਜ਼ਰੂਰਤ ਆ। ਬਸ ਫਰਕ ਇੰਨਾ, ਤੁਸੀਂ ਉਸ ਘਰ ਨੂੰ ਕਮਾ ਕੇ ਚਲਾਉਂਦੇ ਹੋ, ਅਸੀਂ ਮੰਗ ਕੇ ਚਲਾਉਂਦੇ, ਕਿਉਂਕਿ ਇਹ ਗੁਰੂ ਦਾ ਦਾਰ ਆ, ਗੁਰੂ ਨੇ ਬਖਸ਼ਿਆ ਇਹ ਘਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।